ਔਰ ਬਹੁਤ ਮੁਹੱਜ਼ਬ ਲੋਕ ਜਿਹੜੇ ਆਪਣੇ ਆਪ ਨੂੰ ਬੜਾ ਟਿਪਟਾਪ ਰੱਖਦੇ ਨੇ ਖੁਸ਼ਬੂਆਂ ਲਾ ਕੇ ਰੱਖਦੇ ਨੇ ਉਹ ਅੰਦਰੋਂ ਉਨੇ ਹੀ ਗੰਦੇ ਹੁੰਦੇ ਨੇ ਵੈਰੀ ਗੁੱਡ ਬਾਹਰੋਂ ਜਿੰਨੀ ਸਫਾਈ ਰੱਖਦੇ ਨੇ ਅੰਦਰ ਉਨਾ ਹੀ ਗੰਦਾ ਹੁੰਦਾ ਹੈ ਤੇ ਜਿਹੜੇ ਲੋਕ ਸਾਦੇ ਸਾਦੇ ਹੁੰਦੇ ਨੇ ਜਿਨ੍ਹਾਂ ਨੂੰ ਜ਼ਾਰੀ ਉਨ ਬਨਾਵ ਸਖਾਰ ਦਾ ਪਤਾ ਨਹੀਂ ਹੁੰਦਾ ਉਹ ਅੰਦਰੋਂ ਉਹਨੇ ਹੀ ਬੀਬੇ ਹੁੰਦੇ ਨੇ ਇੰਜੇ ਗੱਲ ਉਹਨਾਂ ਦੇ ਕੋਲ ਬਹਿਨ ਦਾ ਵੀ ਮਜ਼ਾ ਹੁੰਦਾ ਹੈ ਗੱਲ ਕਰਨ ਦਾ ਵੀ ਮਜ਼ਾ ਹੁੰਦਾ ਹੈ ਵਰਤਨ ਦਾ ਵੀ ਮਜ਼ਾ ਹੁੰਦਾ ਹੈ ਬੰਦਾ ਸੀ ਇੱਕ ਤੇ ਮੈਂ ਉਹਦੇ ਨੂੰ ਆਪਣੇ ਜ਼ਿਹਨ ਦੇ ਵਿੱਚ ਨਾ ਭਾਜੀ ਸਕੈਚ ਬਣਾ ਲਿਆ ਇਮੇਜ ਬਣਾ ਲਿਆ ਕਿ ਇਹਨੇ ਵੱਡੀਆਂ ਵੱਡੀਆਂ ਮੁੱਛਾਂ ਰੱਖੀਆਂ ਨੇ ਤੇ ਗਲਮੇ ਦੇ ਤਰੇ ਬਟਨ ਖੋਲ ਕੇ ਨਾ ਤੇ ਇੰਜ ਬੈਠਾ ਰਹਿੰਦਾ ਇਹ ਤੇ ਕੋਈ ਬੜਾ ਆਕੜਿਆ ਤੇ ਬਦਮਾਸ਼ ਕਿਸਮ ਦਾ ਆਦਮੀ ਹੈ ਤੇ ਮੈਂ ਨੂੰ ਇਹਨੂੰ ਮਿਲਣਾ ਮੈਂ ਨਫ਼ਰਤ ਕਰਨਾ ਇਹੋ ਜਿਹਾਂ ਬੰਦਿਆਂ ਦਾ ਉਹਦਾ ਗੈਟਅਪ ਇੰਜ ਦਾ ਸੀ ਨਾ ਤੇ ਮੈਂ ਆਪਣੇ ਜ਼ਿਹਨ ਦੇ ਵਿੱਚ ਹੀ ਨਾ ਉਹਦੇ ਬਾਰੇ ਇੱਕ ਇਮੇਜ ਬਣਾ ਲਿਆ ਚਲੋ ਕੁਝ ਵਕਤ ਗੁਜ਼ਰਿਆ ਨਾ ਤੇ ਮੇਰੇ ਕੋਲ ਕੋਈ ਜੀ ਆਏ ਉਹਦੇ ਇਲਾਕੇ ਦੇ ਉਹਦੇ ਪਿੰਡ ਦੇ ਤੇ ਗੱਲਾਂ ਚ ਗੱਲ ਹੋ ਪਈ ਤੇ ਮੈਂ ਕਿਹਾ ਯਾਰ ਮੈਂ ਮੈਂ ਤੇ ਉਸ ਬੰਦੇ ਨੂੰ ਕੋਈ ਬੰਦਾ ਨਹੀਂ ਸਮਝਦਾ بڑا ਉਹ ਮੁੱਛਾਂ ਰੱਖੀਆਂ ਨੇ ਤੇ ਅੰਜ ਗਲਮੇ ਦੇ ਬਟਨ ਖੋਲ ਕੇ ਦੇ ਆਕੜ ਖਾਂ ਬਣਿਆ ਫਿਰਦਾ ਤੇ ਮੈਂ ਨੀ ਇਹੋ ਜਿਹਾ ਚੌਰੀ ਕੋਲ ਕਦੀ ਬੈਠਾ ਹੀ ਨਹੀਂ ਉਹਨਾਂ ਕਹਿੰਨਾ ਨਾ 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 ਕੋਮਨ ਸਾਹਿਬ ਖੋਜ ਗਏ ਆ ਯਾਰ ਬੰਦਾ ਖੁੰਝ ਜਾਂਦਾ ਕਈ ਵਾਰੀ ਭੁੱਲਨਾਰ ਹੋਏ ਭੁੱਲ ਜਾਂਦਾ ਬੰਦਾ ਗਲਤੀ ਆਹੀ ਭੁੱਲਨਾਰ ਹਨ ਸਾਰੇ ਮੈਂ ਜਦੋਂ ਉਹਦੀ ਗੱਲ ਸੁਣੀ ਨਾ ਉਹਨੇ ਆਖਿਆ ਕੁਮਨ ਸਾਹਿਬ ਖੁੰਝ ਗਏ ਹੋ ਤੁਸੀਂ ਜਿਵੇਂ ਦਾ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਉਹਦਾ ਸਕੈਚ ਇਮੇਜ ਬਣਾਇਆ ਉਹ ਬੰਦਾ ਇੰਜ ਦਾ ਨਹੀਂ ਤੁਸੀਂ ਉਹਨੂੰ ਮਿਲੇ ਹੋ ਮੈਂ ਨਹੀਂ ਯਾਰ ਮਿਲਿਆ ਤੇ ਨਹੀਂ ਉਹਨੇ ਆਖਿਆ ਐਹੀ ਗੱਲ ਤੁਸੀਂ ਖੁਦ ਸਾਹ ਤਾਂ ਹੀ ਆਪਣੇ ਜ਼ਿਹਨ ਦੇ ਵਿੱਚ ਉਹਦੇ ਬਾਰੇ ਇਮੇਜ ਬਣਾ ਲਿਆ ਉਹ ਬੰਦਾ ਕੋਈ ਹੋਰ ਸ਼ਾਇਦ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਤੇ ਮੈਂ ਯਾਰ ਫਿਰ ਉਹਨੂੰ ਮਿਲਾਂ ਦੇ ਕਿਹੇ ਵੇਲੇ ਉਹਨਾਂ ਕਿਹਾ ਮਿਲੇਓ ਭਾਈ ਉਹ ਬਾਜੋ ਸਾਹਿਬ ਕੋਈ ਦਿਹਾੜੇ ਲੰਗੇ ਨਾ ਤੇ ਮੈਂ ਉਧਰ ਨੂੰ ਨਾ ਫਾਤੀਆ ਆਖਣ ਵਾਸਤੇ ਕਿਹੇ ਜਗ੍ਹਾ ਚੱਲਾ ਸਾਂ ਉਹ ਮੈਂ ਆਖਿਆ ਵੀ ਬੈਠਾ ਵੀ ਤੇ ਚਲੋ ਨਾ ਇਹਦੇ ਕੋਲ 5 ਮਿੰਟ ਜ਼ੇਹਨ 'ਚ ਸੋਚਿਆ 5 ਮਿੰਟ ਬਹਿਣਾ ਬਹੁਤਾ ਨਹੀਂ 50 ਮਿੰਟਾਂ ਜੇਦਾ ਪਤਾ ਲੱਗ ਜਾਣਾ ਕਿ ਇਹ ਕੀ ਹੈ ਬਾਜੋ ਸਾਹਿਬ 5 ਮਿੰਟ ਵਾਸਤੇ ਉਹਦੇ ਕੋਲ ਮੈਂ ਰੁਕਿਆ ਹਜੇ ਤੇ 2.5 ਘੰਟੇ ਉੱਠਣ ਤੇ ਦੇਲੀ ਨਹੀਂ ਕੀਤਾ ਮੈਂ ਯਾਰ ਇਹ ਤੇ ਬੰਦਾ ਹੀ ਕੋਈ ਹੋਰ ਦੀ ਹੋਰ ਸ਼ੈਅ ਵੇ ਮੈਂ ਇਹਨੂੰ ਮਿਲਣ ਤੋਂ ਬਿਗੈਰ ਹੀ ਆਪਣੇ ਜ਼ਿਹਨ ਦੇ ਵਿੱਚ ਇਹਦਾ ਕੋਈ ਇਮੇਜ ਬਣਾ ਬੈਠਾ ਹਾਂ ਤੋ ਗੱਲ ਸੁਣਾਉਣ ਦਾ ਮਤਲਬ ਇਹ ਵੇ ਕਿ ਬੰਦੇ ਨੂੰ ਜਦੋਂ ਮਿਲਿਏ ਨਾ ਤੇ ਫੇਰ ਪਤਾ ਲੱਗਦਾ ਕਿ ਇਹ ਬੰਦਾ ਕੀ ਹੈ ਸ਼ੈਅ ਵੇ ਆਪਣੇ ਜ਼ਿਹਨ ਦੇ ਵਿੱਚ ਉਂਝੇ ਇਮੇਜ ਬਣਾ ਲੈਣਾ ਉਹਦੇ ਬਾਰੇ ਸਕੈਚ ਬਣਾ ਲੈਣਾ ਇਹ ਤੇ ਫੇਰ ਉਹ ਖੁਦ ਸਾਖਤਾ ਹੀ ਹੈ ਨਾ ਕਿ ਇੱਕ ਤਰਫਾ ਫੈਸਲਾ ਕਰ ਲਿਆ ਪਤਾ ਹੀ ਨਹੀਂ ਕਿ ਅਗਲਾ ਸ਼ੈ ਕੀ ਉਹ ਪੀਰ ਬਾਰਿਸ ਸ਼ਾਹ ਰਹਿਮਤੁੱਲਾਹ ਆਲਾ ਵੀ ਫਰਮਾਂਦੇ ਨੇ ਵੀ ਜਿੰਸਾ ਆਪੋ ਆਪਣੇ ਜੋਰ ਦੱਸਣ ਜਦੋਂ ਖਲਕਾਤ ਛੜੇਂਦੀਆਂ ਨਹੀਂ ਉਹ ਫਿਰ ਜਦੋਂ ਵਰਤੀਏ ਨਾਲ ਨਾਲ ਚੱਲੀਏ ਤੇ ਫਿਰ ਜਿੰਨਸਾ ਆਪੋ ਆਪ ਦੱਸ ਦੀਆਂ ਨੇ ਕਿ ਅਸੀਂ ਕੀ ਸਾਂ ਰਾਹ 'ਤੇ ਜਾਣੀਏ ਤੇ ਵਾਪੇ ਜਾਣੀਏ ਤੇ ਨਾਲੇ حضرت ਅਲੀ ਕਰਮਲਾ ਵਾਜਦਾ ਇੱਕ ਕਹੋਲ ਹੈ ਕਿ ਜਿੰਨਾ ਚਿਰ ਤੱਕ ਤੁਸੀਂ ਕਿਸੇ ਬੰਦੇ ਦੇ ਨਾਲ ਵਰਤ ਨਾ ਲਵੋ ਉਹਦੇ ਮੁਤਲਕ رائے ਕਾਇਮ ਨਾ ਕਰੋ ਵਾਹ 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 ਇੰਜੇ ਜੀ ਉਹਨਾਂ ਦੇ ਮੁਤਲਕ رائے ਕਾਇਮ ਨਾ ਕਰੋਗੇ ਇਹ ਕੀ ਹੈ ਜੀ 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 ਅਗਰ ਤੁਹਾਡਾ ਉਹਦੇ ਨਾਲ ਵਾਪੇ ਆ ਉਹਦੇ ਨਾਲ ਵਰਤੇ ਹੋ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਉਹ ਬੰਦਾ ਕੀ ਹੈ ਤੇ ਜ਼ਾ ਕਿਸੇ ਦੀ ਜ਼ਾਰੀ ਸ਼ਕਲ ਉਹਦਾ ਜ਼ਾਰੀ ਹੁਲੀਆ ਐਸ ਸੀ ਇਸ ਦੇ ਕਾਸੀ ਨਹੀਂ ਕਰਦਾ ਕਿ ਬੰਦਾ ਬਾਦ ਦੇ ਕਿ ਨੇਕ ਹੈ ਜੀ 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 ਜਿੰਨਾ ਚਿਰ ਤੱਕ ਤੁਸੀਂ ਉਹਦੇ ਨਾਲ ਕੋਈ ਵਰਤ ਨਹੀਂ ਲੈਣਾ ਉਹਦੇ ਨਾਲ ਵੇਖ ਨਹੀਂ ਲੈਣਾ ਉਹਦੇ ਨਾਲ ਬਹਿ ਨਹੀਂ ਲੈਣਾ ਉਹਦੇ ਨਾਲ ਖਲੋ ਨਹੀਂ ਲੈਣਾ